ਸਾਤ ਸੰਗਤ ਜੀਓ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਔਰ ਸਾਡੇ ਉੱਗੇ ਵਿਦਵਾਨ ਸੱਜਣ ਔਰ ਹੋਰਾਂ ਦੀਆਂ ਵੱਖੋ-ਵੱਖਰੀਆਂ ਰਾਆਵਾਂ ਦੇ ਮੁਤਾਬਕ ਜੋ-ਜੋ ਜਿਵੇਂ-ਜਿਵੇਂ ਹੈ ਉਹ ਆਪਾਂ ਜ਼ਰੂਰ ਸਾਂਝਾ ਕਰਨਾ ਹੈ ਸੋ ਸਾਰੇ ਜਣੇ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਇੱਕ ਨੂੰ ਸਮਤ ਦੇਣ ਜਿਹੜੇ ਲੋਕ ਝੂਠ ਬੋਲਦੇ ਨੇ ਤੂਫਾਨ ਬੋਲਦੇ ਨੇ ਜਿਹੜੇ ਲੋਕਾਂ ਨੇ ਹੁਣ ਤੱਕ ਝੂਠ ਦਾ ਪੁਲੰਦਾ ਬੁਣਿਆ ਹੈ ਸਾਤ ਸੰਗਤ ਕੁਝ ਲੋਕਾਂ ਨੇ ਐਂਜੀ ਸਭ ਕੁਝ ਜਿਹੜਾ ਉਹ ਦਿੱਤਾ ਹੋਇਆ ਜੀ ਆਪਣੇ ਵੱਲੋਂ ਹੀ ਸੋਸ਼ਲ ਮੀਡੀਆ ਤੇ ਪ੍ਰਚਾਰ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਐ ਹੋ ਗਿਆ ਜੀ ਉਹ ਹੋ ਗਿਆ ਜੀ ਲਗਭਗ ਬਹੁਤ ਸਾਰੀਆਂ ਅਜੇਹੀਆਂ ਵਿਚਾਰਾਂ ਨੇ ਜੋ ਆਪ ਹੀ ਕੀਤੀਆਂ ਜਾ ਰਹੀਆਂ ਨੇ ਅਮਰਿਤਪਾਲ ਸਿੰਘ ਬਾਰੇ ਭਵਿੱਖਬਾਣੀ ਕੀਤੀ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਵਿੱਚ ਅਮਰਿਤਪਾਲ ਸਿੰਘ ਦਾ ਜ਼ਿਕਰ ਕੀਤਾ ਤੇ ਅਮਰਿਤਪਾਲ ਸਿੰਘ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਸਾਧ ਸੰਗਤ ਇਹ ਚੀਜ਼ਾਂ ਕਤਈ ਝੂਠੀਆਂ ਨੇ ਇਹਨਾਂ ਚੀਜ਼ਾਂ ਦਾ ਕੋਈ ਵੀ ਰੋਲ ਨਹੀਂ ਹੈ ਇਹ ਚੀਜ਼ਾਂ ਸਹੀ ਨਹੀਂ ਨੇ ਸਾਧ ਸੰਗਤ ਇਹ ਚੀਜ਼ਾਂ ਝੂਠੀਆਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਉਹਨਾਂ ਨੇ ਜੇਕਰ ਜ਼ਰੂਰ ਕੀਤਾ ਆਉਣ ਵਾਲੇ ਸਮੇਂ ਦਾ ਪਰ ਸਿੱਧੇ ਤੌਰ ਤੇ ਜੇ ਆਪਾਂ ਅਮਰਿਤਪਾਲ ਦਾ ਜ਼ਿਕਰ ਕਹੀਏ ਸਾਧ ਸੰਗਤ ਨਹੀਂ ਕੱਲ ਨੂੰ ਇਹ ਨਾ ਹੋਵੇ ਇਹ ਇੱਕ ਗਲਤ ਮੈਸੇਜ ਬਣ ਜੇ ਤੇ ਫਿਰ ਅਸੀਂ ਰੌਲਾ ਪਾਉਂਦੇ ਫਿਰੇ ਵੀ ਆਏ ਹੋ ਗਿਆ ਜੀ ਇਹ ਹੋ ਗਿਆ ਫਿਰ ਸਾਨੂੰ ਸਪਸ਼ਟੀਕਰਨ ਦੇਣੇ ਪੈਣ ਇਹ ਨਾ ਹੋਵੇ ਸਾਧ ਸੰਗਤ ਇਸ ਕਰਕੇ ਪਹਿਲਾਂ ਹੀ ਕੁਝ ਚੀਜ਼ਾਂ ਸੁਚੇਤ ਹੋ ਕੇ ਸੁਣਿਆ ਕਰੋ ਰਿਹਾ ਕਰੋ ਔਰ ਸੁਚੇਤ ਹੋ ਕੇ ਸਾਨੂੰ ਕੁਝ ਚੀਜ਼ਾਂ ਤੇ ਆਪ ਹੀ ਵਿਚਾਰ ਕਰ ਲੈਣੀ ਚਾਹੀਦੀ ਹੈ ਨਹੀਂ ਤੇ ਫਿਰ ਬਾਅਦ ਵਿੱਚ ਮੁਸ਼ਕਲਾਂ ਹੁੰਦੀਆਂ ਨੇ ਬਹੁਤ ਸੋ ਪਿਆਰਿਓ ਇਸ ਕਰਕੇ ਮੈਂ ਬੇਨਤੀਆਂ ਕਰ ਰਿਹਾ ਸੀ ਕਿਉਂਕਿ ਕੁਝ ਲੋਕ ਆਪਣੀਆਂ ਵੀਡੀਓ ਚਲਾਉਣ ਦੇ ਲਈ ਵੁਖੋਕੀ ਵਾਹ ਵਾਹ ਖੱਟਣ ਦੇ ਲਈ ਉਹ ਲੋਕ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਦੇ ਨੇ ਆ ਦੇਖੋ ਜੀ ਇੰਜ ਹੋ ਗਿਆ ਜੀ ਆ ਦੇਖੋ ਜੀ ਐ ਹੋ ਗਿਆ ਜੀ ਆ ਵੇਖੋ ਐਵੇਂ ਹੋ ਗਿਆ ਜੀ ਅਮਰਿਤਪਾਲ ਐ ਕਰਦਾ ਜੀ ਗੁਰੂ ਪਾਤਸ਼ਾਹ ਨੇ ਆਪ ਕਿਹਾ ਹੋਇਆ ਜੀ ਆਪ ਐ ਹੋ ਗਿਆ ਜੀ ਇਹ ਸਾਰੀਆਂ ਚੀਜ਼ਾਂ ਝੂਠ ਬੋਲ ਕੇ ਉਹ ਲੋਕ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਦੇ ਨੇ 사త్సੰਗਤ ਆਪਣੇ ਮੁਨਾਫੇ ਦੇ ਲਈ ਆਪਣੇ ਫਾਇਦੇ ਲਈ ਜਦਕੇ ਇਹਦੇ ਵਿੱਚ ਹੋਰ ਕੁਝ ਵੀ ਕੁਝ ਫਾਇਦਾ ਨਹੀਂ ਹੈ ਉਹਨਾਂ ਲੋਕਾਂ ਦਾ ਫਾਇਦਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦਾ ਜ਼ਿਕਰ ਜ਼ਰੂਰ ਕੀਤਾ ਹੈ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਪਾਤਸ਼ਾਹ ਨੇ ਜ਼ਿਕਰ ਜ਼ਰੂਰ ਕੀਤਾ ਹੈ ਕਿ ਭਾਈ ਰਾਜੇ ਜਿਹੜੇ ਨੇ ਨਾ ਉਹ ਅੰਨੇ ਹੋ ਜਾਣਗੇ ਰਾਜੇ ਮੋਹ ਮਾਇਆ ਕਾਮ ਮੋਕਸ਼ ਦੇ ਵਿੱਚ ਫਸ ਜਾਣਗੇ ਤੇ ਪਰਜਾ ਜਿਹੜੀ ਹੈ ਉਹ ਗਿਆਨ ਤੋਂ ਬਿਨਾ ਅੰਨੀ ਹੋ ਜਾਏਗੀ ਔਰ ਪਰਜਾ ਜਿਹੜੀ ਹੈ ਇੱਕ ਦੂਜੇ ਨਾਲ ਲੜੇਗੀ ਧਰਮਾਂ ਦੇ ਨਾਂ ਤੇ ਲੜਾਈਆਂ ਹੋਣਗੀਆਂ ਆ ਤੁਸੀਂ ਵੇਖਿਆ ਹੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਲੜਾਈਆਂ ਹੋਈਆਂ ਬਹੁਤ ਪ੍ਰਕਿਰਤੀ ਦਾ ਨੁਕਸਾਨ ਵੀ ਹੋਇਆ ਇਨ੍ਹਾਂ ਧੂਆਂ ਧਾੜ ਗੱਡੀਆਂ ਨੂੰ ਅੱਗਾਂ ਲਾ ਧਰਮਾਂ ਦੇ ਨਾਂ ਤੇ ਲੜਾਈਆਂ ਆ ਸਭ ਕੁਝ ਚੱਲ ਹੀ ਰਿਹਾ ਜੀ ਕਿਤੇ ਨਾ ਕਿਤੇ ਥੋੜਾ ਥੋੜਾ ਹੋ ਹੀ ਰਿਹਾ ਸਭ ਕੁਝ ਸੋ ਸਾਧ ਸੰਗਤ ਅੱਜ ਜਿਹੜੇ ਸਾਡੇ ਰਾਜੇ ਨੇ ਭਾਵ ਜਿਹੜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਇਹ ਲੋਕ ਕੁਰਸੀ ਦੇ ਲਾਲਚ ਦੇ ਵਿੱਚ ਖਲੋਤੇ ਹੋਏ ਨੇ ਇਹ ਲੋਕ ਕੁਰਸੀ ਦੇ ਲਾਲਚ ਦੇ ਵਿੱਚ ਨੇ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਜਨਤਾ ਭਾਵੇਂ ਕੁਝ ਵੀ ਕਰੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਲੋਕ ਤੇ ਸ਼ੌਹਰਤ ਦੇ ਭੁੱਖੇ ਨੇ ਇਹ ਲੋਕ ਤੇ ਦੌਲਤ ਦੇ ਭੁੱਖੇ ਨੇ ਭਾਈ ਇਹ ਲੋਕ ਤੇ ਬਿਲਕੁਲ ਜਿਹੜੇ ਨੇ ਆਪਣੇ ਰਾਜ ਕਰਕੇ ਚੱਲ ਰਹੇ ਨੇ ਤੇ ਇਹ ਲੋਕ ਤੁਹਾਡੇ ਤੱਕ ਸੀਮਤ ਨਹੀਂ ਨੇ ਇਹ ਲੋਕ ਵੋਟਾਂ ਤੱਕ ਸੀਮਤ ਨੇ ਇਹ ਲੋਕ ਹੁਣ ਅੰਨੇ ਹੋ ਕੇ ਬੈਠ ਗਏ ਨੇ ਇਹ ਲੋਕ ਅੰਨੇ ਹੋ ਚੁੱਕੇ ਨੇ ਸਤਗੁਰ ਨੇ ਜੇਕਰ ਜ਼ਰੂਰ ਕੀਤਾ ਹੈ ਸਮਾਂ ਆਵੇਗਾ ਜਦੋਂ ਘਰ ਦੇ ਵਿੱਚੋਂ ਆਪਣੇ ਬੁੱਢੇ ਮਾਪੇ-ਵਾਪ ਨੂੰ ਹੀ ਧੱਕੇ ਮਾਰ ਕੇ ਬਾਹਰ ਕੱਢਿਆ ਜਾਵੇਗਾ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਕੇ ਆਪ ਖੁਦ ਬੱਚੇ ਸੋਚਣਗੇ ਕਿ ਅਸੀਂ ਚੈਨ ਦੀ ਨੀਂਦ ਲੈ ਰਹੇ ਹਾਂ ਪਰ ਅਸਲ ਦੇ ਵਿੱਚ ਉਹ ਉਦੋਂ ਪਹਿਲਾਂ ਨਾਲੋਂ ਵੀ ਦੁਖੀ ਹੋ ਜਾਣਗੇ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਜ਼ਰੂਰ ਕੀਤਾ ਹੈ ਪਰ ਅਸੀਂ ਸਮਝ ਨਹੀਂ ਰਹੇ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰ ਨਹੀਂ ਰਹੇ ਅਸੀਂ ਇਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਹੋ ਕੇ ਬੈਠੇ ਆਂ ਅਸੀਂ ਸੋਚਦੇ ਆਂ ਵੀ ਸ਼ਾਇਦ ਐਵੇਂ ਆ ਜੀ ਐਵੇਂ ਆ ਇਹ ਸਹੀ ਹੈ ਇਹ ਗਲਤ ਹੈ ਜੀ ਐਵੇਂ ਐਵੇਂ ਅਸੀਂ ਇਹੀ ਸੋਚਦੇ ਆਂ ਇਹੋ ਹੀ ਚੀਜ਼ਾਂ ਦੇ ਵਿੱਚ ਅਸੀਂ ਫਸੇ ਹੋਏ ਆਂ ਸਾਧ ਸੰਗਤ ਆਉਣ ਵਾਲੇ ਸਮੇਂ ਦਾ ਜ਼ਿਕਰ ਜ਼ਰੂਰ ਹੁੰਦਾ ਕਿਤੇ ਨਾ ਕਿਤੇ ਪਤਾ ਸਾਨੂੰ ਵੀ ਐ ਪਰ ਅਸੀਂ ਫੇਰ ਵੀ ਕਹਿ ਦਿੰਦੇ ਆਂ ਸਾਨੂੰ ਬੋਲਣ ਦੀ ਕੀ ਲੋੜ ਐ ਜੀ ਸਾਨੂੰ ਕੀ ਲੋੜ ਐ ਜੀ ਅਸੀਂ ਕਿਉਂ ਬੋਲੀਏ ਆ ਤੁਸੀਂ ਵੇਖਿਆ ਜੀ ਵੋਟਾਂ ਹੁੰਦੀਆਂ ਨੇ ਸਾਡੇ ਸਿਰੋਂ ਇਹ ਲੋਕ ਵੋਟਾਂ ਲੈਂਦੇ ਨੇ ਤੇ ਬਾਅਦ ਵਿੱਚ ਵੀ ਆਈਪੀ ਬਣ ਕੇ ਬਹਿ ਜਾਂਦੇ ਨੇ ਤੇ ਅਸੀਂ ਲੋਕ ਫੇਰ ਉੱਥੇ ਦੀ ਉੱਥੇ ਰਹਿ ਜਾਂਦੇ ਸਾਨੂੰ ਤੇ ਇਹਨਾਂ ਲੋਕਾਂ ਨੇ ਆ ਛੋਟੀਆਂ-ਛੋਟੀਆਂ ਗੱਲਾਂ ਚ ਹੀ ਉਲਝਾ ਰੱਖਿਆ ਫਲਾਣਾ ਜੀ ਤੁਹਾਨੂੰ ਐਂ ਦੇ ਦੇਵਾਂਗੇ ਤੁਹਾਨੂੰ ਆ ਕਰ ਦੇਵਾਂਗੇ ਤੁਹਾਡੇ ਲਈ ਆ ਬਣਾ ਦਿੱਤਾ ਜਾਏਗਾ ਐਂ ਹੋ ਜਾਏਗਾ ਸਾਧ ਸੰਗਤ ਅਸੀਂ ਫਰੋਨਾ ਪਿੱਛੇ ਲੜਦੇ ਇੱਕ ਪਾਸੇ ਸੌਖ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਹ ਚੀਜ਼ ਦੀ ਦੂਜਿਆਂ ਨੂੰ ਤਖਲੀਬ ਹੋ ਜਾਂਦੀ ਹੈ ਪਰ ਇੱਕ ਪਾਸਾ ਵੇਖਿਆ ਜਾਂਦਾ ਹੈ ਦੂਸਰਾ ਪਾਸਾ ਨਹੀਂ खैर ਤੁਸੀਂ ਗੱਲ ਸਮਝ ਹੀ ਗਏ ਹੋਵੋਗੇ ਜਿੰਨੀਆਂ ਸਾਨੂੰ ਫਰੀਦੀਆਂ ਸਹੂਲਤਾਂ ਨੇ ਯਾਦ ਰੱਖਿਓ ਇਹ ਫਰੀਦੀਆਂ ਸਹੂਲਤਾਂ ਸਾਡੇ ਵਿੱਚੋਂ ਦੁੱਗਣੀਆਂ ਕਰਕੇ ਕੱਢ ਲੀਆਂ ਜਾਂਦੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ ਟੀਕਾ ਵੀ ਲਾਇਆ ਪਰ ਅਹਿਸਾਸ ਵੀ ਨਹੀਂ ਹੋਣ ਦਿੱਤਾ ਟੀਕਾ ਵੀ ਲਾਇਆ ਪਰ ਪਤਾ ਵੀ ਨਹੀਂ ਲੱਗਣ ਦਿੱਤਾ ਪਿਆਰਿਓ ਇਹ ਚੀਜ਼ਾਂ ਜ਼ਰੂਰ ਯਾਦ ਰੱਖਿਆ ਜੇ ਸਾਨੂੰ ਇਹ ਚੀਜ਼ਾਂ ਜ਼ਰੂਰ ਯਾਦ ਰੱਖਣੀਆਂ ਪੈਣਗੀਆਂ ਸਾਨੂੰ ਇਹ ਚੀਜ਼ਾਂ ਜ਼ਰੂਰ ਯਾਦ ਰੱਖਣੀਆਂ ਪੈਣਗੀਆਂ ਸਾਥ ਸੰਗਤ ਅਸੀਂ ਭੁੱਲ ਜਰੂਰ ਜਾਨੇ ਆ ਸੋ ਅੱਜ ਮੈਂ ਬੇਨਤੀਆਂ ਕਰਾਂ ਕਿ 2024 ਦੀਆਂ ਵੋਟਾਂ ਆ ਰਹੀਆਂ ਨੇ ਕੁਝ ਲੋਕ ਅਮਰਿਤਪਾਲ ਦੇ ਵਿਸ਼ੇ ਤੇ ਵੀ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ ਕਿ ਅਮਰਿਤਪਾਲ ਨੂੰ ਟਿਕਟ ਦਿੱਤੀ ਜਾਵੇਗੀ ਅਮਰਿਤਪਾਲ ਨੂੰ ਇਸ ਪਾਰਟੀ ਨੇ ਆਫਰ ਕੀਤੀ ਹੈ ਜੀ ਟਿਕਟ ਉਹ ਚੋਣਾ ਲੜਨਗੇ ਉਹ ਬਾਹਰ ਆ ਜਾਣਗੇ ਪਰ ਪਿਆਰਿਓ ਇਹ ਸਭ ਕੁਝ ਝੂਠ ਹੈ ਜੋ ਇੱਥੇ ਪ੍ਰਚਾਰਿਆ ਜਾ ਰਿਹਾ ਹੈ ਇਹ ਸਭ ਕੁਝ ਝੂਠ ਹੈ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ ਸਾਧ ਸੰਗਤ ਜਦ ਕੇ ਅਜੇ ਹਾ ਕੁਝ ਵੀ ਨਹੀਂ ਹੈ ਅਜੇ ਹਾ ਤੇ ਕੁਝ ਵੀ ਹਾਲੇ ਤੱਕ ਹੋਇਆ ਹੀ ਨਹੀਂ ਇਹ ਸਭ ਕੁਝ ਝੂਠ ਦਾ ਪੁਲੰਦਾ ਬੁਣ ਕੇ ਸਾਡੇ ਤੱਕ ਭੇਜਿਆ ਜਾ ਰਿਹਾ ਹੈ ਸਾਧ ਸੰਗਤ ਪਰ ਅਸੀਂ ਇਸ ਚੀਜ਼ਾਂ ਨੂੰ ਸਮਝ ਹੀ ਨਹੀਂ ਰਹੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਰਹੇ ਜੇ ਅਸੀਂ ਸਮਝਦੇ ਤੇ ਪਿਆਰਿਓ ਫਿਰ ਸ਼ਾਇਦ ਇਹ ਚੀਜ਼ਾਂ ਹੁੰਦੀਆਂ ਹੀ ਨਾ ਅਸੀਂ ਇਹਨਾਂ ਚੀਜ਼ਾਂ ਤੋਂ ਹਲੇ ਦੂਰ ਹੋ ਕੇ ਬੈਠੇ ਹੋਇਆ ਸਾਨੂੰ ਇਹਨਾਂ ਚੀਜ਼ਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਇਹ ਗੱਲ ਯਾਦ ਰੱਖਿਆ ਜੀ ਸੋ ਪਿਆਰਿਓ ਇਹ ਬੇਨਤੀਆਂ ਤਾਂ ਕੀਤੀਆਂ ਨੇ ਕੁਝ ਲੋਕ ਝੂਠ ਦੇ ਨਾਲ ਜੁੜੇ ਹੋਏ ਨੇ ਕੁਝ ਲੋਕ ਝੂਠ ਦੇ ਕਰਕੇ ਇੱਥੇ ਤੱਕ ਪਹੁੰਚੇ ਹੋਏ ਨੇ ਸੋ ਪਿਆਰਿਓ ਝੂਠ ਜਿੰਨਾ ਪਿਆਰਾ ਲੱਗਦਾ ਓਨਾ ਹੀ ਖਤਰਨਾਕ ਹੁੰਦਾ ਤੇ ਝੂਠ ਜਿੰਨਾ ਤੁਹਾਨੂੰ ਚੰਗਾ ਲੱਗੇਗਾ ਓਨਾ ਹੀ ਤੁਹਾਡੇ ਲਈ ਘਾਤਕ ਹੋਏਗਾ ਇਹ ਗੱਲ ਨੂੰ ਕਦੇ ਨਾ ਭੁੱਲਿਓ ਯਾਦ ਰੱਖਿਓ ਕੋਈ ਸਚਾਈ ਨਹੀਂ ਅੱਜ ਜਿਹੜੀਆਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਅੱਜ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਚਾਈ ਨਹੀਂ ਹੈ ਪਿਆਰਿਓ ਇਹ ਯਾਦ ਰੱਖਿਓ ਇਹ ਸਭ ਕੁਝ ਸਾਡੇ ਸਿਰੋਂ ਸਾਨੂੰ ਆਪ ਹੀ ਬੇਵਕੂਫ ਬਣਾ ਕੇ ਦਿਖਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ